अच्छा बुजुर्गो, कभी अपना बख्शीवाल पिंड याद आया? कभी गलियां महल्ले? अखा गाड़ी है। अच्छा, वो ताड़े अखा के घूमदा पिंड, दिल करदा वेखण वो गलियां? करदा फिर की कर सकदे हो। अच्छा, उस तरह देखदी हवेली सड़क दे उत्ते, उस तरह एक बारे ਢੇਕਾ ਦਾ ਬਗੀਚਾ ਸੀ, ਇੱਕ ਵਾਰੀ ਕੋਠੇ ਛੱਤੇ ਦੀ, ਇੱਕ ਅੱਗੇ ਡੇੜੀ ਦੀ। ਹਾਏ ਹਾਏ, ਮੈਂ ਸਾਰਾ ਘੁੰਮਦਾ ਪਿਆ ਨਕਸ਼ਾ ਅੱਗੇ। ਇੱਕ ਕੁੰਨਣ ਉਹਦੇ ਨਾਂ ਸੀ, ਅੱਛਾ, ਤੇਰੀ ਉਮਰ ਦਾ ਸੀ। ਅੱਛਾ, ਮੇਰੇ ਕੋਲ 2-3 ਹਜ਼ਾਰ ਲੈ ਗਿਆ। ਅੱਛਾ, ਪੈਸੇ ਨਹੀਂ ਦੇ ਕੇ ਗਿਆ? ਲੈ, ਪੈਸੇ ਨਹੀਂ ਦਿੱਤੇ ਉਹਨੇ? ਨਹੀਂ। ਅੱਛਾ अच्छा अच्छा कुंडन ने तुम पैसे नहीं दिते, फिर तीन लै गया? अच्छा, गल बाबा जी, ताड़ी कुंडन तक गल जाती कि उसको पैसे लेने हैं, आप लै लिए पैसे उसके कोलो? वो तो तेन एक मजाक दसिया ना। ਠੇਕ ਹੋਇਆ ਤੇ ਕੋ ਬਾਬਾ ਮੋਟਾ ਜਵਾਰ ਇੱਦਾਂ ਉਹਦੇ ਜਾ ਵੀਰਾ ਪਾ ਉਹਦੇ ਪੱਟ ਚੋਂ ਦੀ ਗੋਲੀ ਠਾਕੀ ਦਰਿਆਉ ਪਾਰੋ ਆ ਕੇ ਉਹਦੇ ਪੱਟ ਚੋਂ ਦੀ ਗੋਲੀ ਲੱਗੀ ਸਾਡੇ ਲੱਗੀ ਉਹ ਪਹਿਲੇ ਰਸੇ ਨਾਲ ਹੋ ਗਈ ਤੇ ਦੋਵੇਂ ਭਰਾ ਸੀ ਵੀ ਤੇ ਇੱਕ ਸਾਡੀ ਭੈਣ ਹੋਰ ਪੰਜ ਚਾਰ ਜੀ ਅੱਛਾ ਰਸੇ ਦੇ ਨਾਲ ਫਿਰ ਇਹਨਾਂ ਇਹਨਾਂ ਸਾਡੇ ਪਾਣੀ ਆਉਂਦਾ ਪਰ ਉਹ ਦੋ ਪੰਜ ਬੰਦੇ ਦੋ ਤਿੰਨ ਵਿੱਚ ਬੰਦੇ ਤਗੜੇ ਸਨ ਉਹ ਫਿਰ ਅੱਲਾ ਨੇ ਪਾਰ ਲਾ ਪਾਣੀ ਪਾਣੀ ਧੁੰਦਾ ਹੋਣਾ ਤੁਹਾਨੂੰ ਪਰਾਂ ਨੂੰ ਇੱਕ ਪਾਣੀ ਗੱਜਦਾ ਸੀ ਰੋਟੀ ਰਾਟੀ ਲੋਕੀ ਡਾਵੇ ਪਕਾਉਂਦੇ ਸੀ ਦਰਿਆ ਤੇ ਆਹੋ ਖਾਦੀ ਨਹੀਂ ਕਿ ਉਹ ਗਈ ਪਕਾ ਕੇ ਸੁੱਟ ਆਏ ਫਿਰ ਉੱਥੇ ਅੱਛਾ ਰੋਟੀ ਸੁੱਟ ਆਏ ਉੱਥੇ ਸ਼ਿਪਾਲ ਸਿੰਘ ਦੀ ਜਾਲਦਾਰ ਸਿੱਖ ਅੱਛਾ ਸ਼ਿਪਾਲ ਸਿੰਘ ਹਾਂ ਉਹ 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 ਉਹਨਾਂ ਸਾਨੂੰ ਕੋਈ ਮਾਰੇਗਾ ਤੇ ਤੁਹਾਨੂੰ ਕੋਈ ਮਾਰੇਗਾ ਇਹੋ ਜਿਹੀਆਂ ਗੱਲਾਂ ਬਾਤਾਂ ਕਰ ਰਹੇ ਹਨ ਅੱਛਾ ਜਦੋਂ ਤੁਸੀਂ ਪਿੰਡੋਂ ਨਿਕਲੇ ਆ ਤੁਹਾਨੂੰ ਤੁਹਾਡੇ ਲਾਗੇ ਲਾਗੇ ਜਿਹੜੇ ਜਾਰੀ ਸੀ ਕੁੰਨਣ ਸੀ ਉਹਨਾਂ ਨੇ ਕਿਸੇ ਮਦਦ ਨਹੀਂ ਕੀਤੀ ਸਿੱਖਾਂ ਨੇ ਤੁਹਾਡੀ ਉਹ ਜ਼ਬਾਨੀ ਕਲਾਮੀ ਕਰਦੇ ਸਨ ਕਰਦੇ ਸੀ ਇੱਕ ਪਰਾਮਾ ਦਾ ਸਿੱਖ ਸੀਗਾ ਉਹਦੀ ਵਾਹਵਾ ਗੱਲ ਸੀ ਸਾਡੇ ਪਿੰਡ ਦੇ ਬੰਦੇ ਨਾਲ ਤੇ ਉਹਨੇ ਸਭ ਕੁਝ ਦੱਸਦਾ ਸੀ ਆਣ ਕੇ ਵੀ ਹੁਣ ਆਹ ਸਲਾਹ ਹੁੰਦੀ ਜੇ ਹੁਣ ਆਹ ਸਲਾਹ ਹੁੰਦੀ ਜੇ ਅਖੀਰ ਤੇ ਉਹਨੇ ਦੱਸ ਦਿੱਤਾ ਸੀ ਉਹਨੇ ਆਖਿਆ ਨਿਕਲ ਜਾਓ ਇਹਨਾਂ ਪੈ ਜਾਣਾ ਜਿੱਤਾ ਹੱਥ ਕਿਹੜੇ ਕਿਹੜੇ ਵੱਟੇ ਦਿਖਾ ਦੱਸਿਓ ਇੱਕ ਤਲਵਾਰ ਤਾਂ ਤੁਹਾਡੇ ਚਾਚੇ ਦੇ ਵੱਜੀ ਸੀ ਤੇ ਉਹ ਫਿਰ ਕੀ ਬਣਿਆ ਉਹਦਾ ਬਾਅਦ ਚ ਫਿਰ ਬਣਨਾ ਕੀ ਉਹਨੇ ਬੰਦੇ ਤਰਿਆਉਂ ਸਾਡੀ ਰਿਸ਼ਤੇਦਾਰੀ ਸੀ ਰੋੜ ਪੋੜ ਕੇ ਜਰਾ ਡੇਗਦਾ ਟੰਗਾ ਉੱਥੇ ਆ ਗਿਆ ਉਹਦੇ ਫਿਰ ਆ ਹੱਥ ਉੱਠ ਵੱਡੇ ਸੀ ਜੋ ਮਾਇਆ ਇੱਕ ਤਲਵਾਰ ਇੱਥੇ ਲੱਗੀ ਉਹਨੇ ਵੀ ਕੋਲ ਗੋਲੀ ਸੀ ਤਬਾਹ ਕਰ ਦਿੱਤੀ ਉਹਨਾਂ ਨੇ ਅੱਛਾ ਉਹ ਧੀਆਂ ਭੈਣਾਂ ਲੈ ਗਏ ਮੇਰੇ ਉਹਦੇ ਨਾਲ ਹੀ ਬੁੱਲਾ ਉਹਦੇ ਖਸਮ ਦੇ ਨਾਲ ਉਹਦੇ ਮਾਰੀ ਤਲਵਾਰ ਤੇ ਜੋ ਉਹਦਾ ਸਿਰ ਜਿਹੜਾ ਆਹ ਸਾਰਾ ਗਈ ਰਹਿ ਗਈ ਉਹਨੇ ਆਪਣੇ ਟੱਬਰ ਨੂੰ ਆਖਿਆ ਮੇਰੇ ਮੂੰਹ 'ਚ ਪਾਣੀ ਪਾ ਆਹ ਹੀ ਦਰਿਆ ਵਗਦਾ ਸੀ ਉਹਨੇ ਪੱਲਾ ਭੇਜ ਗਿਆ ਨਹੀਂ ਮੈਂ ਪਾਣੀ ਪਾਇਆ ਹੈ ਉਹ ਕੋਲਾ ਕੋਇਆ ਮਾਈ ਤਲਵਾਰ ਲਾ ਤਲੇ ਤੁਹਾਡੇ ਦਾਦੇ ਦਾ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਅਲੈਕੁਮ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਯਾਸਰ ਮਲਕ ਅਤੇ ਹਾਜ਼ਰ ਹੋਏ ਹਾਂ ਵੰਡ ਦੀ 47 ਦੀ ਇੱਕ ਨਵੀਂ ਕਹਾਣੀ ਦੇ ਨਾਲ ਅਤੇ ਅਸੀਂ ਪਹੁੰਚੇ ਹਾਂ ਜੀ ਪਿੰਡ ਨਿਜ਼ਾਮਪੁਰਾ ਚੇਲਿਆਂ ਵਾਲਾ
तहसील शाहकोट ते जिला ननकाणा साहब दा वसिया पिंड आ ते साडे कोल आ बजुर्ग ने इन्हां को सुणांगे असी वंड दी और संताली दी कहानी ओ तुहाडे रूबरू पेश करांगे। असी मुख्तलिफ पिंडां च जा के इन्हां बजुर्गां दीआं कहानियां तुहाडे तक लैके आई दीआं जिन्हां ने पाकिस्तान बणदा वेख्या वार और वंड वेखी आ और पुराने वेलियां नूं इह लोग जाणदे ने। तो उम्मीद करदे हां अज दी वीडियो तुहानूं बड़ी दिलचस्प और बड़ी मालूमती वीडियो आ क्योंकि बजुर्गों नूं बहुत सारी नॉलेज आ और बहुत सारा कुछ जाणदे ने। आओ फिर बुजुर्गों गलबात करिए इन्हों को संताली की कहानी सुनिए। अस्सलाम वालेकुम। वालेकुम। ये की हाल चाल ਤੁਹਾਡਾ? मैं ਤੁਹਾਡੀ ਸਿਹਤ ਕਿਦਾਂ ਹੁਣ? ਸ਼ੁਕਰ ਹੈ ਮੌਲਾ ਦਾ। ਭੱਜੀ ਟੁੱਟੀ ਆ ਹੁਣ। ਕੀ ਨਾਂ ਕੀ ਆਪਣਾ? ਮਮਾ ਜੀ ਕੋ। ਤੁਹਾਡੇ ਵਾਲਦ ਦਾ ਕੀ ਨਾਂ? ਦੀਨ ਮਮਦ। ਦਾਦੇ ਦਾ ਨਾਮ ਮਾਮਦੀਨ ਸੀ। ਕੌਮ? ਗੁਜਰ। ਬਾਬਾ ਜੀ ਕਿਹੜੇ ਪਿੰਡ ਚ ਬੈਠੇ ਤੁਸੀਂ ਬਜ਼ੁਰਗ ਹੁਣ ਇਸ ਟਾਈਮ? ਇਹ ਪਿੰਡ ਦਾ ਕੀ ਨਾਮ ਆ? ਨਿਜ਼ਾਮਪੁਰ ਜ਼ਿਲ੍ਹੇ ਵਾਲਾ। ਅੱਛਾ। ਚੱਕ ਨੰਬਰ 38। ਚੱਕ ਨੰਬਰ 38। ਲਾਗੇ ਲਾਗੇ ਕਿਹੜੇ ਪਿੰਡ ਨੇ ਇਹਦੇ? ਲਾਗੇ ਲਾਗੇ ਇਹਦੇ ਪਿੰਡ ਸਠਿਆਰੀਆਂ ਦੋ, ਅਬੋੜੂ, ਅਮੂਲਾ ਸਿੰਘ, ਇਹੋ ਹੀ ਤਿੰਨ ਚੱਕ ਤੇ ਇਹੋ ਹੀ ਨੇ। ਅੱਛਾ। ਤਹਿਸੀਲ ਸ਼ਾਹਕੋਟ ਤੇ ਜ਼ਿਲ੍ਹਾ ਨਨਕਾਣਾ ਸਾਹਿਬ ਕਿਉਂਕਿ ਬੈਠੇ ਨੇ ਨਿਜ਼ਾਮਪੁਰ ਚੇਲੇ ਵਾਲਾ ਤੇ ਇਹ ਪਿੰਡ ਹੈਗਾ ਤਹਿਸੀਲ ਸ਼ਾਹਕੋਟ ਤੇ ਜ਼ਿਲ੍ਹਾ ਨਨਕਾਣਾ ਸਾਹਿਬ ਦੇ ਵਿੱਚ। ਤੇ ਬਜ਼ੁਰਗੋ ਜਦੋਂ ਪਾਕਿਸਤਾਨ ਬਣਿਆ ਕਿਹੜੇ ਪਿੰਡੋਂ ਆਏ ਸੀ? ਬਖਸ਼ੀਵਾਲਾ। ਬਖਸ਼ੀਵਾਲਾ ਕਿਹੜੇ ਜ਼ਿਲ੍ਹੇ 'ਚ ਸੀਗਾ? ਸੱਤ ਕੋ ਸਾਡੀ ਹਵੇਲੀਓ ਗੁਰਦਾਸਪੁਰ ਸੀ, ਚਾਰ ਕੋ ਕਲਾਂ ਦਾ ਸੀ, ਉੱਤੇ ਹਵੇਲੀ ਸੀ। ਅੱਛਾ। ਸਹੀ ਸਹੀ। ਕਲਾਂ ਨਾਲ ਲੱਗੇ ਸੀ? ਕਲਾਂ ਨਾਲ ਚਾਰ ਕੋ ਸੀ। ਲਾਗੇ ਲਾਗੇ ਪਿੰਡ ਕਿਹੜੇ ਸੀ ਤੁਹਾਡੇ? ਸਾਡੇ ਲਾਗੇ ਮਾਲ, ਸੰਗਤਪੁਰਾ। ਅੱਛਾ। ਅੱਜ ਤੋਂ ਲਾਗੇ ਸਿੱਖਾਂ ਦਾ ਲਿਆ ਮੋੜਾਂ ਦੇ ਸੀ। ਅੱਛਾ। ਲਾਗੇ ਬੁਖਾਰੀ ਵਾਲ, ਲਾਗੇ ਖੈਰੇ, ਲਾਗੇ ਬੋਪਰਾ। ਇਹ ਕਿੱਦਾਂ ਦਾ ਪਿੰਡ ਸੀ ਬਖਸ਼ੀ ਵਾਲ ਜਿਹੜਾ ਸੀ? ਉਹ ਪਿੰਡ ਦੀਆਂ ਗੱਲਾਂ ਸੁਣਾਓ ਤੁਹਾਨੂੰ। ਕਿੱਦਾਂ ਦਾ ਪਿੰਡ ਸੀ? ਮੈਂ ਵੱਡਾ ਸੀ, ਕਿੰਜ ਦਾ ਪਿੰਡ ਸੀ, ਕੱਚਾ ਪਿੰਡ। ਚੰਗਾ ਸੀ ਤੂੰ ਸਾਰਾ ਆ ਵੇਖਿਆ। ਪਿੰਡ ਚ ਹੀ ਆ ਜਿਦਾਂ ਤੁਸੀਂ ਕਹਿੰਦੇ, ਮੈਂ ਤੈਨੂੰ ਵੇਖਣ ਦੇ ਅੱਜ ਮੈਨੂੰ ਪਿੰਡ ਨਜ਼ਰ ਆਉਂਦਾ। ਹੁਣ ਮੈਨੂੰ ਗੱਲਾਂ ਸੁਣਾਓ ਉੱਥੇ ਦੀਆਂ। ਕੀ? ਉਹ ਪਿੰਡ ਚ ਸਾਰੇ ਮੁਸਲਮਾਨ ਸੀ ਕਿ ਸਿੱਖ ਵੀ ਰਹਿੰਦੇ ਸੀ? ਸਾਰੇ ਹੀ ਮੁਸਲਮਾਨ ਸੀ ਜਾਂ ਸਾਈ ਸੀ। ਅੱਛਾ। ਇੱਕ ਘਰ ਸੀ ਕਰਾੜਾਂ ਦਾ। ਅੱਛਾ। ਸਾਡੇ ਪਿੰਡ ਇੱਕੋ ਹੀ ਘਰ ਕਰਾੜਾਂ ਦਾ ਸੀ। ਉਹ ਤੇਰੀ ਉਮਰ ਦਾ ਕਰਾੜ ਸੀ। ਮੈਂ ਤਕੜੀ ਉਹਨੇ ਫੜ ਲੈਣੀ ਤੇ ਬਾਜ਼ਾਰੋਂ ਬਾਜ਼ਾਰ ਕੋਈ ਉਹਦਾ ਲੈਣ ਦੇਣ, ਤੇਰੇ ਘਰੋਂ ਗੁੜ ਦਸ ਮਣ ਵੇਚਦੇ, ਉਹਨੇ ਆਪੇ ਜੋਖੀ ਜਾਣਾ। ਤੇ ਕਰਾਂ ਉਹਦਾ ਧਨੀ ਸ਼ਾਹ ਸੀ। ਅੱਛਾ। ਉਹ ਆਉਂਦਾ ਰੇੜਾ ਲੈ ਕੇ, ਰੇੜੇ ਲੈ ਕੇ ਉਹ ਆਉਣਾ ਤੇ ਉਹਨੇ ਜਾ ਰੁੱਡੂ ਨੂੰ ਨਾਲ ਲਾ ਕੇ ਨਾ, ਰੁੱਡੂ ਸੀ ਉਹਦੇ ਨਾਲ ਕਰਾੜ ਦੇ। ਅੱਛਾ। ਤੇਰੀ ਉਮਰ ਦਾ ਸੀ, ਉਹਦੇ ਘਰ ਦੀ ਨਾ ਸ਼ਾਂਤੀ ਸੀ। ਸ਼ਾਂਤੀ ਉਹਦੇ ਘਰ ਦੀ ਦੇ ਨਾਂ ਸ਼ਾਂਤੀ ਸੀ। ਸਹੀ ਸਹੀ। ਠੀਕ। ਅੱਛਾ, ਇਹ ਬਖਸ਼ੀਵਾਲ ਮਸਜਿਦ ਹੈਗੀ ਸੀ ਉਦੋਂ? ਹਾਂ। ਕਿੱਥੇ ਸੀ ਮਸਜਿਦ? ਸਾਡੇ ਘਰ ਦੇ ਲਾਗੇ ਹੀ। ਇਸ ਤਰ੍ਹਾਂ ਹੀ ਪੱਕੀ ਮਸਜਿਦ ਬਣੀ ਸੀ? ਹਾਂ। ਸਹੀ ਸਹੀ। ਕਿੱਡਾ ਕੁ ਪਿੰਡ ਸੀਗਾ? ਵਾਹ, ਵੱਡਾ ਸੀ। ਵਾਹਵਾ ਚੰਗਾ ਸੀ। ਲਾਗੇ ਸਿੱਖਾਂ ਦੇ ਪਿੰਡ ਕਿਹੜੇ ਸੀ? ਸਿੱਖਾਂ ਦੇ ਤੈਨੂੰ ਦੱਸਣ ਨਹੀਂ ਦਿਆ, ਮੌੜ ਸਿੱਖਾਂ ਦੇ ਜਿਹਦੀਆਂ ਨੇ ਅੱਗੇ ਗੱਲਾਂ ਕੀਤੀਆਂ ਨੇ। ਇੱਕ ਬਾਬਿਆਂ ਦਾ ਸੀ ਸੰਗਤਪੁਰਾ, ਇੱਕ ਸਿੱਖਾਂ ਦਾ ਲਾਗੇ ਉੱਥੋਂ। ਉੱਥੋਂ ਮੇਰੇ ਦਾਦੇ ਨੇ ਜ਼ਮੀਨ ਖਰੀਦੀ ਸੀ ਮਾਲਾਂ ਤੋਂ, ਮਾਲਾਂ ਦੇ ਜ਼ਿਲ੍ਹਾ ਇੱਥੇ ਬੈਠੇ। ਅੱਛਾ ਅੱਛਾ। ਇਹ ਮਾਲਾਂ ਦੇ ਕਿਸੇ ਸਿੱਖ ਦਾ ਨਾਂ ਚੇਤੇ ਹੋਵੇ ਜਾਂ ਮੋੜ ਪਿੰਡ ਦੇ ਸਿੱਖਾਂ ਦੇ ਨਾਂ ਕੋਈ ਯਾਦ ਹੋਣ? ਅੱਜ ਵੀ ਸਾਡੀ ਜਵਾਰ ਬੀਜਦਾ ਸੀ ਇੱਕ, ਉਹਦੇ ਨਾਂ ਸੀ ਮਹਿੰਗਾ ਸਿੱਖ। ਅੱਛਾ। ਉੱਥੋਂ ਜ਼ਮੀਨ ਬਹਿ ਲਈ ਸੀ ਮੇਰੇ, ਲਈ ਸੀ ਮੇਰੇ ਦਾਦੇ ਨੇ। ਉਹ ਸਿੱਖ ਬੀਜਦਾ ਸੀ। ਅੱਛਾ। ਮਣਾ ਕਰਦੇ ਸਾਂ ਤੇ ਮੰਜੀ ਉੱਤੇ ਰੱਖਣੀ ਤੇ ਰਾਖੀ ਕਰਨੀ। ਇਹ ਮੈਨੂੰ ਹੋਸ਼ ਹੋਇਆ ਇੱਡਾ ਕਦਮ, ਹੁਸ਼ਿਆਰ ਬੜਾ ਸਾਂ ਇੱਡਾ। ਸਹੀ ਸਹੀ। ਉਹ ਜ਼ਿਮੀਦਾਰਾ ਕਰਦੇ ਹੀ ਹੋ ਤੁਸੀਂ? ਜ਼ਿਮੀਦਾਰਾ ਅਸੀਂ ਨਹੀਂ, ਅਸਾਂ ਮਾਲ ਹੀ ਰੱਖਿਆ ਤੇ ਜ਼ਮੀਨ ਦੋਵਾਂ ਤਿੰਨਾਂ ਧਿਰਾਂ ਨੂੰ ਦਿੱਤੀ ਸੀ।
ਇਹ ਮਾਲਾ ਦਾ ਹੀ ਬਾਵਾ ਯਾਰੀ ਯਾਰੀ ਲੰਬੜ ਸੀ ਯਾਰੀ ਸਿੱਖ ਸਰਦਾਰ ਯਾਰੀ ਵੇਖਿਆ ਤੁਸੀਂ ਯਾਰੀ ਦੇ ਮੁੰਡਿਆਂ ਦੇ ਨਾਂ ਚੇਤੇ ਹੋਣ ਯਾਰੀ ਜਿਹੜਾ ਸੀ ਨਾ ਮਾਲ ਬੜਾ ਸੀ ਮੇਰਾ ਪਿਓ ਅੱਲਾ ਬਖਸ਼ੇ ਚਾਰਦਾ ਸੀ ਤੇ ਮੈਂ ਨਾਲ ਸਾਂ ਲਾਗੇ ਉਹਨਾਂ ਦੀਆਂ ਮੜੀਆਂ ਸੀ ਅੱਛਾ ਉਹਨਾਂ ਸਿੱਖਾਂ ਦੀਆਂ ਮਾਲਾਂ ਦੀ ਉਹਦੀ ਪੈਰੀ ਸੀ ਨਾਲ ਲੱਗਦੀ ਸ਼ਰਾਬ ਦਾ ਇੰਤਜ਼ਾਮ ਕਰਨ ਦਿਆ ਕੱਢਣ ਦਾ ਤੇ ਇੰਨਾ ਦਿਲ ਵੱਜਦਾ ਸੀ ਉਹਨੂੰ ਆਂਦਾ ਤੇ ਲੰਬੜ ਸੀ ਉਹ ਲੰਬੜ ਸੀ ਯਾਰੀ ਯਾਰੀ ਲੰਬੜ ਅੱਛਾ ਫਿਰ ਕੀ ਹੋਇਆ ਉਹਦੇ ਲਾਗੇ ਨਾਲ ਹੀ ਨਾ ਆ ਜਿੱਥੇ ਮੈਂ ਗੱਲ ਕਰਨ ਦਿਆ ਇੱਥੇ ਉਹ ਸ਼ਰਾਬ ਦਾ ਆਦੀ ਉਹਦੀ ਪੈਰੀ ਸੀ ਆਹ ਬੜਾ ਉੱਚਾ ਥਾਂ ਸੀ ਆਹ ਮੜੀਆਂ ਸਨ ਤੇ ਉਹਦੀ ਪੈਰੀ ਸੀ ਉਹ ਯਾਨੀ ਕਿ ਉੱਥੇ ਪੜਦੇ ਰਹਿ ਬਾਬਾ ਪਿੰਡੋਂ ਦੋ ਮਰਬੇ ਹਟਮਾ ਸੀਗੇ ਖੇਡਦਾ ਹਾਂ ਮੇਰੇ ਪਿਓ ਤੇ ਉਹਨੂੰ ਉਤਬਾਦ ਸੀ ਫਿਰ ਗੱਲਾਂ ਕਰੇ ਆਪੋ ਜੀ ਕੰਨ ਤੇ ਉਹ ਆਪਣਾ ਇੰਤਜ਼ਾਮ ਕਰੇ ਕੰਮ ਦਾ ਮਾਲ ਚੋਕਦਾ ਸੀ ਸਾਡਾ ਮਾਲ ਬੜਾ ਸੀ ਤੇ ਉਹ ਆਂਦਾ ਮੇਰੇ ਪਿਓ ਨੂੰ ਆਂਦਾ ਮੁੰਡਾ ਨਾ ਕਿਸੇ ਨਾਲ ਗੱਲ ਕਰਦੇ ਇੰਨੇ ਚਿਰ ਦੀ ਮੈਨੂੰ ਚੇਤਾ ਹੈ ਤੇ ਬੱਚਾ ਨਾ ਕਿਸੇ ਨਾਲ ਕਰਦੇ ਮੈਂ ਕਿਹਾ ਨਹੀਂ ਕਰਦਾ ਉਹਦੇ ਤੇ ਬਾਅਦ ਤੇ ਮੇਰੀ ਨੇ ਤੇ ਅੜਦੇ ਨਹੀਂ ਹੁਣ ਮੈਂ ਉਹਦੇ ਤੇ ਬੱਚਾ ਬਜ਼ੁਰਗੋ ਫਿਰ ਹੋਰ ਕੋ ਉੱਥੇ ਦੀ ਗੱਲ ਕੋ ਲਾਗੇ ਦਰਬਾਰ ਆਇਆ ਸੀ ਉੱਥੇ ਬਖਸ਼ੀਆ ਸਾਡੇ ਹੀ ਸੀਗਾ ਜੱਟ ਸੀਗਾ ਸੋਹਣੇ ਸ਼ਾਹ ਸੋਹਣੇ ਸ਼ਾਹ ਇਹ ਬਰਾਦਰੀ ਸੀ ਇਹਨਾਂ ਜੱਟਾਂ ਦੀ ਅੱਛਾ ਆ ਜੱਟ ਹੀ ਨੇ ਸਾਰੇ ਅਸੀਂ ਇਕੱਲੇ ਹੀ ਗੁਜਰਾਂ ਸੀ ਅੱਛਾ ਬਖਸ਼ੀਵਾਲ ਜ਼ਿਆਦਾ ਜੱਟ ਰਹਿੰਦੇ ਸੀਗੇ ਜ਼ਿਆਦਾ ਸਾਰਾ ਪਿੰਡ ਹੀ ਆ ਜਿਹੜਾ ਵਾ ਅੱਛਾ ਪਿੰਡ 'ਚ ਖੂਹ ਹੁੰਦੇ ਸੀ ਬਖਸ਼ੀਵਾਲ ਆਹੋ ਦੁਹਾਟਾ ਖੂਹ ਸੀ ਦੁਹਾਟਾ ਉਹ ਦੱਸੋ ਕਿੱਦਾਂ ਦਾ ਹੁੰਦਾ ਸੀ ਆ ਖੂਹ ਆ ਇੱਕ ਇੱਧਰ ਜੋਗ ਵਗਣ ਡਈ ਇੱਕ ਇੱਧਰ ਅੱਛਾ ਉਹ ਦੇਖਿਆ ਚੱਲਦਾ ਉਹ ਦੇਖਿਆ ਕਹਦਾ ਨਹਾਤਾ ਪੋਤਾ ਮੈਂ ਉਹ ਖੂਹ ਤੇ ਅੱਛਾ ਅੱਛਾ ਪਾਣੀ ਵੀ ਭਰਿਆ ਉੱਥੋਂ ਪਾਣੀ ਕੀ ਭਰਨਾ ਸੀਗਾ ਸਫੂਈ ਸਾਡੇ ਬੂਹੇ ਗਾੜੀ ਉੱਥੋਂ ਪਾਣੀ ਭਰ ਦਿੱਤਾ ਮੇਲਾ ਤੈਨੂੰ ਆਖਿਆ ਸਾਈਂ ਸੋਹਣੇ ਸ਼ਾਹ ਜੱਟ ਸੀਗਾ ਮੈਂ ਆਪਣੀ ਅੱਖਾਂ ਨਾਲ ਵੇਖਿਆ ਉਹ ਉਹਨੇ ਖੂਹੀ ਦਵਾਈ ਸੀ ਪਿੰਡੋਂ ਹਟਵਾਂ ਚਾਰ ਪੈਰੀਆਂ ਸੜਕ ਆ ਸਿੱਧੀ ਸੜਕ ਗੁਰਦਾਸਪੁਰ ਨੂੰ 7 ਕੋ ਇੱਥੋਂ ਤੇ ਸਿੱਧੀ ਸਿੱਧਾ ਜਿਹਾ ਕਰਾਂ ਦੋ 4 ਕੋ ਇੱਥੋਂ ਪਾਕਿਸਤਾਨ ਬਣਿਆ ਕੀ ਹੋਇਆ ਫਿਰ ਤੁਹਾਨੂੰ ਕੀ ਹੋਇਆ ਜਦੋਂ ਘਰੋਂ ਕਿਵੇਂ ਨਿਕਲੇ ਉਹ ਗੱਲ ਸੁਣਾਓ ਪਾਕਿਸਤਾਨ ਬਣਿਆ ਪਹਿਲੀ ਤੇ ਗੱਲ ਇਹ ਆ ਇਹ ਤੁਹਾਨੂੰ ਕਿਸੇ ਨੇ ਨਹੀਂ ਦੱਸਣੀ ਸੜਕੇ ਖੇਡਦਾ ਸਾਂ ਆਹ ਲੰਬੜਾਂ ਦਾ ਲੰਬੜ ਜਿਹੜੇ ਸੀ ਆਹ ਵੇਲੀ ਸੀ ਲੰਬੜਾਂ ਦੀ ਇਹੋ ਬਾਜ਼ਾਰ ਲਾ ਲਾ ਤੇ ਬੜੀ ਖੁੱਲ੍ਹੀ ਸੜਕ ਸੀ ਕੱਚੀ ਸੀ ਪਿੰਡ ਦੇ ਵਿੱਚੋਂ ਦੀ ਉਹਦੇ ਉੱਤੇ ਸਾਡੀ ਵੇਲੀ ਉੱਤੇ ਸਾਡੀ ਵੇਲੀ ਸੀ ਹੈਂ ਉੱਤੇ ਥੜਾ ਸੀ ਉੱਤੇ ਟਾਹਲੀ ਸੀ ਥੱਲੇ ਮੇਰਾ ਬਾਬਾ ਉਹ ਕਾਫੀ ਡਾਉਂਦਾ ਸਿੱਖ ਨਵਣੇ ਚੋਰੀ ਮਾਮ ਜੀ ਨਾਲ ਸਾਫ ਸਲਾਮਤ ਉਹਨਾਂ ਦੁਆ ਸਲਾਮ ਲੈਂਦੇ ਚੋਰੀ ਮਾਮ ਜੀ ਨਾਲ ਸਾਫ ਸਲਾਮਤ ਮੈਂ ਲੱਗ ਖੇਡਦਾ ਹੁੰਦਾ ਤੁਹਾਡਾ ਦਾਦਾ ਬੈਠਾ ਹੁੰਦਾ ਸੀ ਬਾਹਰ ਬਾਬਾ ਤੁਹਾਡਾ ਹਾਂ ਆਹੋ ਕਾ ਪੀਂਦਾ ਉਹ ਕਿਆ ਰੱਖਿਆ ਸੀ ਥੜਾ ਉਹ ਟਾਹਲੀ ਦੀ ਸੜਕ ਦੀ ਪਟੜੀ ਤੇ ਉਹਦੇ ਥੱਲੇ ਥੜਾ ਸੀ ਉੱਥੇ ਉਹ ਕਾ ਹੁੰਦਾ ਸੀ ਤੇ ਉੱਥੇ ਬੈਠਾ ਹੁੰਦਾ ਸੀ ਜਿਸ ਤਰ੍ਹਾਂ ਹੁਣ ਅਸੀਂ ਬਾਹਰ ਨਾ ਕੰਢੇ ਤੇ ਦੁਆਰ ਦੇ ਏਦਾਂ ਅੱਛਾ ਬਾਬਾ ਤੁਹਾਡਾ ਬੈਠਾ ਹੋਣਾ ਤੇ ਸਿੱਖਾਂ ਨੇ ਸਲਾਮ ਕਰਕੇ ਨੰਗਣਾ ਆਹੋ ਤੇ ਸਿੱਖਾਂ ਨੰਗਣਾ ਨਾਮ ਲੈ ਪਿੰਡਾਂ ਦੇ ਅੱਛਾ ਬੜੇ ਜਾਣਦੇ ਸੀ ਉਹਨੂੰ ਮਾਲਾ ਤੋਂ ਜ਼ਮੀਨ ਲਈ ਸੀ ਨਾ ਸਿੱਖਾਂ ਕੋਲ ਅੱਛਾ ਅੱਛਾ ਤੇ ਉਹ ਜਾਣਦੇ ਬੜਾ ਬੜੀ ਅਦ ਬੜਾ ਕਦਰ ਕਰਦੇ ਸਿੱਖ ਜਿਹੜੇ ਸੀ ਆਹੋ ਅੱਛਾ ਅੱਛਾ ਮਾਲਾ ਤੋਂ ਜ਼ਮੀਨ ਲਈ ਸੀ ਬਾਬੇ ਸਿੱਖਾਂ ਦਾ ਇਹ ਸਿੱਖਾਂ ਦਾ ਪਿੰਡ ਸੀ ਸੰਗਤਪੁਰਾ ਅੱਛਾ ਲਾਗੇ ਉਹ ਉੱਥੇ ਦਾ ਬਾਬਾ ਘਈਓ ਸੀ ਉਹ ਉਹਦੇ ਕੋਲ ਜਾ ਕੇ ਵਿਖਾ ਪਟਾ ਦੇਣੀ ਪੈਸੇ ਦੇ ਦੇਣੇ ਜ਼ਮੀਨ ਵਾਹ ਲੈਣੀ ਪੋੜਾ ਦੇ ਸਿੱਖਾਂ ਦੇ ਨਾਂ ਦੱਸੋ ਕਿਹੜੇ ਕਿਹੜੇ ਸੀ ਯਾਦ ਹੋਣ ਇੱਕ ਕੁੰਨਣ ਉਹਦੇ ਨਾਂ ਸੀ ਅੱਛਾ ਤੇਰੀ ਉਮਰ ਦਾ ਸੀ ਅੱਛਾ ਮੇਰੇ ਕੋਲ 2-3 ਹਜ਼ਾਰ ਲੈ ਗਿਆ ਅੱਛਾ ਪੈਸੇ ਨਹੀਂ ਦੇ ਕੇ ਗਿਆ ਲੈ ਪੈਸੇ ਨਹੀਂ ਦਿੱਤੇ ਉਹਨੇ ਨਹੀਂ
अच्छा कुंडन ने तुहानू पैसे नहीं दिते फिर तिलिया लै गया। अच्छा गल बाबा जी हुण तुहाडी कुंडन तक गल जांदी वी उहदे कोल पैसे लैणे आ आपां लै लईए पैसे उहदे कोलों। ਉਹ ਤੇ ਤੈਨੂੰ ਇੱਕ ਮਜ਼ਾਕ ਦੱਸਿਆ ਨਾ ਦੋ ਤੀਲੀਆ ਉਦੋਂ ਕੋਈ ਮੈਂ ਅੱਠਾਂ ਦਾ ਤੀਲੀਆ ਦਿੰਦਾ ਹਾਂ। ਅੱਛਾ ਕਿਸ ਪਤਾ ਨਹੀਂ ਇੰਨੇ ਕਿਦਾ ਹੀ ਦਿੰਦਾ। ਅੱਛਾ ਤੇ ਫੜ ਲੈ ਮਾਲ ਆਮ ਦੀ ਤੇ ਤੀਲੀਆ ਬੜਾ ਆਉਂਦਾ ਸੀ ਉੱਥੇ। ਅੱਛਾ 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 ਬਾਬਾ ਜੀ ਤੀਲੀਆ ਕਿਵੇਂ ਫੜਦੇ ਸੀ? ਹੁਣ ਘੋੜੀ ਦੇ ਵਾਲ ਲਿਆ ਮੈਂ ਤੈਨੂੰ ਭਾਈ ਹੁਣ ਬਣਾ ਦੇਵਾਂਗਾ। ਅੱਛਾ ਘੋੜੀ ਦੇ ਵਾਈ ਵਾਲਾਂ ਦੇ ਨਾਲ ਕਿੱਦਾਂ ਫੜਦੇ ਹੋ ਦੱਸੋਗੇ ਸਾਨੂੰ? ਹੈ ਕਿੱਦਾਂ ਫੜਦੇ ਹੀ ਮਾੜਾ ਦੱਸੋ। ਮੈਂ ਕਹਿੰਦਾ ਤੈਨੂੰ ਬਣਾ ਕੇ ਦੱਸ ਦੇਣਾ ਘੋੜੀ ਦੇ ਲੰਮੀ ਦੇ ਪੂਛ ਦੇ ਵਾਲ ਨਾ ਇੰਨੇ ਕੁ ਲੈ ਆਈ ਮੈਂ ਪੁੱਟ ਲਿਆਉਂਦਾ ਹੁੰਦਾ। ਤੋ ਤਿਲੀਰ ਫੜਦੇ ਹੀ ਉਹ ਮੈਂ ਅੱਜ ਉਹਨਾਂ ਦੀ ਗਰ ਕਰਨੇ ਉਦੋਂ ਇੰਨੇ ਚਿਰ ਮੈਂ ਫਾਈ ਬਣਾ ਦੇਣਾ। ਅੱਛਾ 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 ਉਦੋਂ ਇੰਡੀਆ ਤਿਲੀਰ ਫੜਦੇ ਰਹੇ ਤੁਸੀਂ? ਹਾਂ ਤੇਰੀ ਉਮਰ ਤੇ ਤੇਰ ਵਰਗਾ ਹੀ ਕਿੰਨੇ ਕੁ ਤਿਲੀਅਰ ਫੜ ਲੈਣੇ ਸੀ ਉਦੋਂ? ਉਹ ਜਿੰਨੇ ਕਈ ਵਾਰ ਰੁਕ ਲੱਗੇ ਦੀ ਗੱਲ ਦੋ ਚਾਰ ਪੰਜ ਦਸ ਇੱਧਰ ਮੈਨੂੰ ਦੱਸੋ। ਅੱਛਾ ਪੰਜ ਦਸ ਫੜ ਲੈਣੇ ਸੀ। ਚਲੋ ਥੋੜੇ ਫੜ ਲੈਂਦੇ ਫੜਦੇ ਸਾਂ ਘਰ ਮੁੱਕੀ ਫਾਈ ਕਿੱਥੇ ਲਾਉਣੇ ਪਿੰਡ ਚ ਕਿਹੜੇ ਪਾਸੇ ਜਾ ਕੇ? ਉਹ ਮਾਲ ਵਿੱਚ ਫਾਈ ਲੱਗਦੀ ਮਾਲ ਵਿੱਚ ਤਿਲੀਆਂ ਆਉਂਦੇ ਸੀ ਮੈਰਿਆਂ ਚ। ਆਹੋ ਪਿੰਡ ਰਸਤੇ ਨਹੀਂ ਆਉਂਦੇ। ਅੱਛਾ ਅੱਛਾ ਬਾਬਾ ਜੀ ਜਦੋਂ ਪਾਕਿਸਤਾਨ ਬਣਿਆ ਉਹਦੀ ਕਹਾਣੀ ਸੁਣਾਓ ਕਿਵੇਂ ਨਿਕਲੇ ਪਾਕਿਸਤਾਨ ਬਣ ਗਿਆ ਤੁਹਾਨੂੰ ਕਿਵੇਂ ਪਤਾ ਚੱਲਿਆ ਪਿੰਡ ਛੱਡਣਾ ਉਹ ਗੱਲ ਸੁਣਾਓ। ਪਾਕਿਸਤਾਨ ਜਿੱਦਣ ਬਣਿਆ ਵਾ ਨਾ ਇਹ ਗੱਲ ਤੁਹਾਨੂੰ ਦੁਬਾਰਾ ਵਰਗੀ ਦੱਸਣੀ ਕਿਸੇ ਨੇ ਨਹੀਂ। ਮੈਂ ਖੇਡਣ ਡਿਆ ਸੜਕ ਦੇ ਵਿੱਚ ਆਹ ਲੰਬੜਾਂ ਦੀ ਵੇਲੀ ਆ ਆਹ ਜਿਹੜੇ ਮਹਿੰਗੇ ਲੰਬੜ ਹੋਣੀ ਨੇ ਨਾ ਇਹਨਾਂ ਦੀ ਆਹ ਵੇਲੀ ਆ ਤੇ ਇੱਥੇ ਮੈਂ ਖੇਡਣ ਡਿਆ ਤੇ ਬੁੱਚਰ ਕਲਾਂ ਦਾ ਉਹਦੇ ਸੀ ਉਹ ਆਏ ਘੋੜੀਆਂ ਦੇ ਉਹਨਾਂ ਆਣ ਕੇ ਆਖਿਆ ਲੰਬੜਦਾਰਾ ਮੁਬਾਰਕ ਹੋਵੇ ਮੁਬਾਰਕ ਹੋਵੇ ਆਪਣੀਆਂ ਕੰਨਾਂ ਦਾ ਮੈਂ ਸੁਣਿਆ ਸਾਡਾ ਜ਼ਿਲ੍ਹਾ ਪਾਕਿਸਤਾਨ ਬਣ ਗਿਆ। ਅੱਛਾ ਰਾਤੋ ਰਾਤ ਹੀ ਬੇੜਾ ਗਰਕ ਹੋ ਗਿਆ ਉਹ ਬੁੱਚਰ ਮੁਬਾਰਕ ਦੇ ਗਏ ਨਾ ਮੈਂ ਇੱਡਾ ਕਹਿੰਦਾ ਸੁਣਦਾ ਹਾਂ ਛੜ ਕੇ। ਅੱਛਾ ਮੁੜ ਕੇ ਦਿਨ ਨੂੰ ਚੋਰੀ ਆ ਸਿੱਖਾਂ ਦੇ ਬੜੇ ਬੜੇ ਜਵਾਨ ਸਿੱਖ ਫਪਾਈ ਅਤੇ ਥਾਣੇਦਾਰ ਉਹਨਾਂ ਨੇ ਨਾ ਸਾਡੇ ਪਿੰਡ ਦਾ ਚੰਗੀ ਮਸ਼ਹੂਰੀ ਸੀ ਉਹ ਕੋਈ ਦਸ ਵੀਹ ਪਿੰਡ ਸਾਡੇ ਪਿੰਡ ਦੇ ਲਾਗੇ ਆ ਕੇ ਪਿੱਛੋਂ ਵਿਚਾਰੇ ਬਹਿ ਗਏ ਇੱਧਰੋਂ ਹੈਂ ਪੰਜ ਕੁ ਸਾਥੋਂ ਦਰਿਆ ਸੀ। ਅੱਛਾ ਹੈ ਉਹ ਆ ਕੇ ਬਹਿ ਕੇ ਬਖਸ਼ਿਆ ਤੋਂ ਸਿੱਖ ਡਰਦੇ ਨੇ ਉਹ ਬੈਠੇ ਸਨ ਉਹ ਸਿੱਖ ਜਿਹੜੇ ਆ ਗਿਆ ਨਾ ਦਿਲ ਨੂੰ ਮਿਲਟਰੀ ਅਤੇ ਉਹ ਫਿਰ ਕਰ ਲਿਆ ਵੀ ਫਿਰ ਸਾਡੇ ਪਿੰਡ ਦਾ ਕੋਈ ਦਿਲ ਟੁੱਟ ਗਿਆ। ਅੱਛਾ ਭਾਈ ਇਹ ਕੰਮ ਖਰਾਬ ਆ ਪਾਕਿਸਤਾਨ ਨਹੀਂ ਬਣਿਆ ਫਿਰ ਚੋਰੀ ਉਹ ਉਹਨ ਤਕਰੀਰ ਕੀਤੀ ਆ ਮੈਂ ਉਹ ਵੀ ਸੁਣੀ ਆ ਸਾਡੇ ਸਾਰੇ ਪਿੰਡ ਨੇ ਸੁਣੀ ਆ। ਕਿਹਨੇ ਕੀਤੀ ਤਕਰੀਰ ਇਹ? ਸਿੱਖ ਨੇ ਕੀਤੀ ਆ ਥਾਣੇਦਾਰ ਨੇ। ਅੱਛਾ ਉਹਨੇ ਕੀ ਕਿਹਾ ਸੀ? ਗੱਡੀ ਦੇ ਵਿੱਚ ਖਲੋ ਬੈਠੇ ਨੇ ਆਖਣ ਗਾ ਆਉਂ ਕਰੋ ਜਿਉਂ ਕਰੋ ਤੁਹਾਨੂੰ ਕੋਈ ਖਤਰਾ ਹੋਵੇ ਤੁਸੀਂ ਆਓ ਕਰੋ ਜੇ ਕਰੋ ਕਰਦਾ ਕਰਦਾ ਆਉਂਦਾ ਨਾ ਹੋਏ ਤਾਂ ਤੁਸੀਂ ਥਾਣੇ ਧੀਆਂ ਭੈਣਾਂ ਥਾਣੇ ਲੈ ਆਓ ਅੱਛਾ ਉੱਥੇ ਛੱਡ ਦਿਓ ਫਿਰ ਲੱਕ ਟੁੱਟੇ ਸਾਡੇ ਪਿੰਡ ਦੇ ਚੌਰੀਆਂ ਦੇ ਕਿ ਜਾਣਾ ਪੈਣਾ ਹੁਣ ਇੱਥੋਂ ਫਿਰ ਨਿਕਲੇ ਫਿਰ ਆਇਆ ਦਰਿਆ ਤੇ। ਅੱਛਾ ਘਰੋਂ ਕੀ ਕੀ ਲਿਆ ਸਮਾਨ ਘਰ ਜਿਹੜਾ ਤੁਹਾਡਾ ਸੀ? ਜੋ ਜੋ ਕੋਈ ਥੋੜਾ ਬਹੁਤ ਇੱਕ ਗੱਡਾ ਸਾਡੇ ਪੰਜਾਂ ਚੌਂਕ ਘਰਾਂ ਦਾ ਸੀ। ਅੱਛਾ ਮੈਨੂੰ ਦੱਸਣਾ। ਅੱਛਾ ਪੰਜਾਂ ਚੌਂਕ ਘਰਾਂ ਦਾ ਇੱਕ ਗੱਡਾ ਸੀ ਜਿਹੜਾ ਮਾੜਾ ਮੋਟਾ ਸਮਾਨ ਰੱਖ ਲਿਆ ਦਰਿਆ ਤੇ ਆ ਗਏ ਬਾਰਿਸ਼ ਬੜੀ ਲੱਥੀ ਹੈ। ਅੱਛਾ ਜੇ ਤੁਰੇ ਆ ਨਾ ਪਿੰਡੋਂ ਰਾਤ ਬਾਹਰ ਨਿਕਲ ਕੇ ਤੇ ਆਪਣੇ ਪਿੰਡ ਦੀ ਜੂਝ ਰਹੇ ਆ ਉਹਨਾਂ ਨੇ ਆਉਂਦੇ ਆ ਰੋੜੀ ਉੱਥੇ ਰਹੇ ਆ ਦਿਨੇ ਫਿਰ ਤੁਰੇ ਨੇ ਫਿਰ ਦਰਿਆ ਦੇ ਆਏ। ਅੱਛਾ ਸਾਡੇ ਮਿਸਤਰੀਆਂ ਦਾ ਮੁੰਡਾ ਆਏ। ਅੱਛਾ ਉਹ ਜਿਹੜਾ ਸੀ ਨਾ ਛੰਨੀਆਂ ਵਾਲਾ ਪੁੱਤ ਉੱਥੇ ਸਾਡੇ ਲੁਹਾਰ ਨਜ਼ੀਰ ਬਸ਼ੀਰ ਮੁਹੰਮਦਲੀ ਇਹ
ਇਹਨਾਂ ਦੀਆਂ ਭੈਣਾਂ ਸ਼ਨੀ ਵਾਲੇ ਪੱਥਰ 'ਤੇ ਅਤੇ ਇੱਕ ਮੇਰਾ ਚਾਚਾ ਇੱਕ ਮੇਰੀ ਚਾਚੀ ਇਹ ਇੱਕ ਮੇਰਾ ਦਾਦਾ ਇਹ ਵੀ ਸ਼ਨੀ ਵਾਲੇ ਪੱਥਰ 'ਤੇ ਤਿੰਨ ਕੁ ਕੋਹ ਦਾ ਫਰਕ ਹੋਣਾ ਵਾ ਅਸੀਂ ਸਾਰਾ ਪਿੰਡ ਡੇਰੇ ਵਾਲੇ ਪੱਥਰ 'ਤੇ ਆਏ ਹਾਂ ਡੇਰੇ ਸੀ ਪਠਾਣਾ ਦੇ ਉੱਥੇ ਉੱਥੇ ਆ ਗਏ ਹਾਂ ਉੱਥੇ ਦਰਿਆ 'ਤੇ ਰਾਤ ਰਹੇ ਹਾਂ ਅਤੇ ਦਿਨੇ ਉੱਠੇ ਹਾਂ ਅੱਛਾ ਰਾਤ ਨੂੰ ਉੱਥੇ ਜਸਾ ਪੈ ਗਿਆ ਛੰਨੀ ਛੰਨੀ ਵਾਲੇ ਅੱਛਾ ਸਾਨੂੰ ਪਤਾ ਲੱਗ ਗਿਆ ਵੀ ਜਸਾ ਪੈ ਗਿਆ ਛੰਨੀ ਹੈਂ ਉੱਥੇ ਖੋਈ ਡੇਰਿਆਂ ਦੇ ਪੱਤਣ 'ਤੇ ਪੰਜਾਹ ਪਿੰਡ ਸੀ ਪਿੱਛੋਂ ਉਜੜ ਕੇ ਆਏ ਅੱਛਾ ਛੰਨੀ ਆਏ ਤਾਂ ਖੋਈ ਸੌ ਸੀ ਅੱਛਾ ਬੁੱਚੜ ਵੀ ਉੱਥੇ ਸਨ ਕਰਾਂ ਦੌਰ ਦੀ ਅੱਛਾ ਉਹਨੇ ਵੀ ਕੋਲ ਗੋਲੀ ਸੀ ਤਬਾਹ ਕਰ ਦਿੱਤੇ ਉਹਨਾਂ ਨੇ ਅੱਛਾ ਧੀਆਂ ਭੈਣਾਂ ਲੈ ਗਏ ਬਾਬਾ ਜੀ ਕਿੰਨੇ ਕੁ ਲੋਕ ਮਾਰੇ ਗਏ ਜਦੋਂ ਹਮਲਾ ਹੋਇਆ ਮੇਰਾ ਮੈਨੂੰ ਕੀ ਦੱਸਾਂ ਮੇਰਾ ਦਾਦਾ ਮਾਰਿਆ ਗਿਆ ਹੋਰ ਦੱਸ ਅੱਛਾ ਇਹਨੂੰ ਛੱਡ ਅੱਛਾ ਫਿਰ ਸਾਡੇ ਵਾਂਗੂ ਇੱਕ ਪਿੰਡ ਲਾਗੇ ਗੋਸਾ ਸੀ ਉੱਥੋਂ ਦੇ ਇੱਕ ਤੇ ਗੁਜਰਾਂ ਦਾ ਇੱਕੋ ਘਰ ਇੱਕ ਦੇ ਨਾਂ ਨਸਰੋ ਸੀ ਇੱਕ ਦੇ ਨਾਂ ਬੁੱਲਾ ਸੀ ਅੱਛਾ ਬੁੱਲੇ ਦੀ ਬੁੱਢੀ ਜਿਹੜੀ ਸੀ ਨਾ ਕੋਈ ਰੰਗ ਦੀ ਪੱਕੀ ਸੀ ਹੈਂ ਉਹਨਾਂ ਆਣ ਕੇ ਆਖਿਆ ਕਿਤੇ ਇਕੱਠੇ ਦਰਿਆ ਦੇ ਕੰਢੇ 'ਤੇ ਬੈਠੇ ਸਨ ਨੰਗਣੀ ਵਾਸਤੇ ਅਤੇ ਉਹਨਾਂ ਨੇ ਪਿਆ ਜਸਾ ਇਹਨੂੰ ਆਣ ਕੇ ਆਖਿਆ ਬਈ ਬਾਬਾ ਤੇਰੇ ਕੋਈ ਇਹ ਉਹ ਦੱਸਦੀ ਆ ਪਹਿਲਾਂ ਤੈਨੂੰ ਬਾਬੇ ਦੀ ਦੱਸ ਲੈਂਦਾ ਉਹ ਦੱਸਦੀ ਆ ਕਿ ਮੈਂ ਨਾ ਮੇਰੇ ਉਹਦੇ ਨਾਲ ਹੀ ਬੁੱਲਾ ਉਹਦੇ ਖਸਮ ਦੇ ਨਾਲ ਉਹਦੇ ਮਾਰੀ ਤਲਵਾਰ 'ਤੇ ਜੋ ਉਹਦਾ ਸਿਰ ਜਿਹੜਾ ਆਹ ਸਾਰਾ ਗੜੀ ਰਹਿ ਗਈ ਉਹਨੇ ਆਪਣੇ ਟੱਬਰ ਨੂੰ ਆਖਿਆ ਮੇਰੇ ਮੂੰਹ 'ਚ ਪਾਣੀ ਪਾ ਆਹ ਹੀ ਦਰਿਆ ਵਗਦਾ ਸੀ ਉਹਨੇ ਪੱਲਾ ਭੇਜ ਕੇ ਆਉਂਦੀ ਮੈਂ ਪਾਣੀ ਪਾਇਆ ਹੈਂ ਫਿਰ ਤੁਹਾਡੇ ਬਾਬੇ ਨੂੰ ਆਣ ਕੇ ਸਿੱਖ ਨੇ ਆਖਿਆ ਬਾਬਾ ਤੇਰੇ ਕੀ ਹੈ ਕੋਲ ਅਤੇ ਉਹ ਬੜਾ ਬੜਾ ਸੀ ਬਾਬਾ ਉਹ ਕੋਲਾ ਕੋਇਆ ਮਾਈ ਤਲਵਾਰ ਲਾ ਤੁਹਾਡੇ ਦਾਦੇ ਦਾ ਮੇਰਾ ਚਾਚਾ ਅਤੇ ਮੇਰੀ ਚਾਚੀ ਦਰਿਆ 'ਚ ਪੈ ਗਏ ਰੁੜ ਗਏ ਤਲਵਾਰ ਇੱਥੇ ਵੱਜੀ ਕੋਈ ਰੁੜ ਰੁੜ ਕੇ ਨੰਘ ਗਿਆ ਅੱਛਾ ਜ਼ਖਮੀ ਨੰਘ ਗਿਆ ਜ਼ਖਮ ਲਾਏ ਹੱਥ ਵੱਡਿਆ ਫਿਰ ਵੀ ਨੰਘ ਗਿਆ ਦਰਿਆ ਰੁੜ ਕੇ ਹਾਂ ਆਈਆਂ ਇਹਨੇ ਹੱਥ ਲੱਥਾ ਹੈ ਉਹ ਤਾਂ ਫਿਰ ਆ ਗਿਆ ਸੀ ਕਿ ਅੱਛਾ ਹੱਥ ਕਿੰਨੇ ਕਿੰਨੇ ਵੱਡੇ ਦਿਖਾ ਦੱਸਿਓ ਇੱਕ ਤਲਵਾਰ ਤਾਂ ਤੁਹਾਡੇ ਚਾਚੇ ਦੇ ਵੱਜੀ ਸੀ ਤੇ ਉਹ ਫਿਰ ਕੀ ਬਣਿਆ ਉਹਦਾ ਬਾਅਦ ਚੋਂ ਫਿਰ ਬਣਨਾ ਕੀ ਉਹਨੇ ਬੰਦੇ ਤਰਿਆਂ ਸਾਡੀ ਰਿਸ਼ਤੇਦਾਰੀ ਸੀ ਰੋੜ ਫੋੜ ਕੇ ਜਰਾ ਡਿੱਗਦਾ ਢੰਗਾ ਉੱਥੇ ਆ ਗਿਆ ਅੱਛਾ ਬੀਬੀ ਨੇ ਦੱਸਿਆ ਨਹੀਂ ਕਿੰਨੀ ਦੁਨੀਆ ਮਾਰੀ ਗਈ ਕਿੰਨੇ ਕੁ ਲੋਕ ਮਾਰੇ ਗਏ ਬੀਬੀ ਨੇ ਦੱਸਿਆ ਹੋਣਾ ਤੁਹਾਨੂੰ ਦੱਸੋ ਉਹ 6 ਮਹੀਨੇ ਮਗਰੋਂ ਆਈ ਸੀ ਉਹਨੇ ਸਭ ਕੁਝ ਦੱਸਿਆ ਸੀ ਅੱਛਾ ਉਹ ਰਹਿ ਗਈ ਸੀ ਉੱਥੇ ਹੀ ਉਹਨੂੰ ਪੁੱਛਦੇ ਵੀ ਆਂਦੀ ਇਹ ਮੈਨੂੰ ਪੁੱਛਿਆ ਵੀ ਤੂੰ ਮੁਸਲਮਾਨੀ ਆ ਮੈਂ ਕਿਹਾ ਮੈਂ ਨਹੀਂ ਮੁਸਲਮਾਨੀ ਅੱਛਾ ਉਹ ਪਿੰਡ ਚਲ ਗਈ ਉਹ ਤੇ ਇੱਕ ਤੌੜੀ ਵਾਲਾ ਵਾਲ ਸੀਗਾ ਉਹ ਲੱਥ ਗਿਆ ਫਿਰ ਕੌਣ ਪੁੱਛਦਾ ਸੀ ਅੱਛਾ ਬਾਅਦ ਚੋਂ ਫਿਰ ਅਮਣ ਹੀ ਹੋ ਗਿਆ ਬਖਤੀ ਤੌਰ ਤੇ ਸੀ ਅੱਛਾ ਜਦੋਂ ਤੁਸੀਂ ਪਿੰਡੋਂ ਨਿਕਲੇ ਆ ਤੁਹਾਨੂੰ ਤੁਹਾਡੇ ਲਾਗੇ ਲਾਗੇ ਜਿਹੜੇ ਜਾਰੀ ਸੀ ਕੁੰਨਣ ਸੀ ਉਹਨਾਂ ਨੇ ਕਿਸੇ ਮਦਦ ਨਹੀਂ ਕੀਤੀ ਸਿੱਖਾਂ ਨੇ ਤੁਹਾਡੀ ਉਹ ਜ਼ਬਾਨੀ ਗੁਲਾਮੀ ਕਰਦੇ ਸਨ ਹਾਂ ਕਰਦੇ ਸੀ ਇੱਕ ਰਾਮਾਂ ਦਾ ਸਿੱਖ ਸੀਗਾ ਉਹਦੀ ਵਾਹਵਾ ਗੱਲ ਸੀ ਸਾਡੇ ਪਿੰਡ ਦੇ ਬੰਦੇ ਨਾਲ ਅਤੇ ਉਹਨੇ ਸਭ ਕੁਝ ਦੱਸਦਾ ਸੀ ਆਣ ਕੇ ਵੀ ਹੁਣ ਆਹ ਸਲਾਹ ਹੁੰਦੀ ਜੇ ਹੁਣ ਆਹ ਸਲਾਹ ਹੁੰਦੀ ਜੇ ਅਖੀਰ 'ਤੇ ਉਹਨੇ ਦੱਸ ਦਿੱਤਾ ਸੀ ਉਹਨੇ ਆਖਿਆ ਨਿਕਲ ਜਾਓ ਇਹਦਾ ਪੈ ਜਾਣਾ ਜੇ ਤੁਹਾਨੂੰ ਫਿਰ ਨਿਕਲੇ ਕਿਹੜੇ ਸਿੱਖ ਨੇ ਸਲਾਹ ਦਿੱਤੀ ਤੁਹਾਨੂੰ ਉਹ ਸਪਰਾਵਾਂ ਦਾ ਸਿੱਖ ਸੀਗਾ ਯਾਰ ਉਹਦੇ ਨਾਮ ਹੀ ਨਹੀਂ ਆਉਂਦਾ ਸੀ ਹੁਣ ਭੁੱਲ ਗਿਆ ਉਹ ਸਾਡੇ ਪਿੰਡ ਦੀ ਉਹ ਸਾਡੇ ਪਿੰਡ 'ਤੇ ਚੌਰੀਆਂ ਦਾ ਗੱਲਬਾਤ ਸੀ ਉਹਦੀ ਅੱਛਾ ਉਹ ਸਪਰਾਵਾਂ ਦਾ ਜਿਹੜਾ ਪਿੰਡ ਦਾ ਸਿੱਖ ਸੀ ਉਹਨੇ ਤੁਹਾਡਾ ਭਲਾ ਕੀਤਾ ਉਹ ਯਾਨੀ ਸਾਡੇ ਚੌਰੀਆਂ ਨੂੰ ਦੱਸਦਾ ਸੀ ਸਾਡੇ ਵੱਡਿਆਂ ਨੂੰ ਵੀ ਹੁਣ ਇਹ ਆਹ ਸਲਾਹ ਕਰਨ ਰਹੇ ਜੇ ਹੁਣ ਇਹ ਆਹ ਸਲਾਹ ਕਰਨ ਰਹੇ ਜੇ ਮੈਂ ਸੁਣਦਾ ਹੁੰਦਾ ਜਿਹੜੇ ਸਰਸ ਚੌਰੀ ਸਾਡੇ ਉਹਨਾਂ ਕੋਲ ਆ ਕੇ ਨਾ ਸਿੱਖਾਂ ਲੱਗਦੀਆਂ ਨੇ ਆ ਕੁੰਨਣ ਛੁੰਨਣ ਹੋਣਾ ਦੇ ਪੁੱਤਾਂ ਨੇ ਅਤੇ ਛਪਾਲ ਸਿੰਘ ਸੀ ਜਲਦਾਰ ਸਿੱਖ ਅੱਛਾ ਛਪਾਲ ਸਿੰਘ
ਸਾਨੂੰ ਕੋਈ ਮਾਰੇਗਾ ਤੇ ਤੁਹਾਨੂੰ ਕੋਈ ਮਾਰੇਗਾ, ਇਹੋ ਜਿਹੀਆਂ ਗੱਲਾਂ ਬਾਤਾਂ ਕਰ ਰਹੇ ਹਨ। ਅੱਛਾ, ਸ਼ਿਪਾਲ ਸਿੰਘ ਕਹਿੰਦਾ ਜੇ ਤੁਹਾਨੂੰ ਪਹਿਲਾਂ ਸਾਨੂੰ ਮਾਰੂਗਾ ਫੇਰ ਤੁਹਾਨੂੰ ਮਾਰੂ, ਆਹੋ ਏਦਾਂ ਕਰਦੇ। ਅੱਛਾ, ਤੇ ਉਹ ਬੁੱਧ ਉਹਨਾਂ ਦੀ ਜੋ ਜੋ ਬਣ ਰਿਹਾ ਸੀ, ਉਹ ਜਿਹੜਾ ਸਫਰਾਵਾਂ ਦਾ ਸਿੱਖ ਸੀ ਨਾ, ਉਹ ਦੱਸਦਾ ਸੀ। ਅੱਛਾ, ਫਿਰ ਅਸੀਂ ਦੱਸਿਆ। ਅੱਛਾ ਅੱਛਾ, ਤੁਸੀਂ ਡੇਰੇ ਵਾਲੇ ਦੇ ਬੈਠੇ ਆ ਕੇ ਪੱਤਨ ਤੇ, ਉੱਥੋਂ ਫਿਰ ਕਿੱਥੇ ਗਏ, ਕਿੱਦਾਂ ਦਰਿਆ ਪਾਰ ਕੀਤਾ? ਦਰਿਆ ਦੇ ਵਿੱਚ ਸੁਣਿਆ ਕਿ ਉਹਨਾਂ ਪਾਣੀ ਛੱਡ ਦਿੰਦਾ ਸੀ, ਦਰਿਆ ਠਾਠੀ ਮਾਰਦਾ ਸੀ। ਅੱਛਾ, ਤੇ ਅਸੀਂ ਉੱਤੇ ਬੈਠੇ ਸਾਂ, ਆਹ ਹੀ ਵਗਦਾ ਤੇ ਇੱਥੇ ਵੀ ਬੈਠੇ ਸਾਂ। ਤੇ ਜਿਸ ਵੇਲੇ ਇੱਕ ਉਹਦੇ ਨਾਂ ਸ਼ਾਹ ਸ਼ਾਹ ਸੀ ਜੱਟ ਦੇ, ਸਾਡੀ ਬਰਾਦਰੀ ਸੀ ਗੁਜਰ ਕਾਹਤੇ ਸਾਂ, ਉਹ ਆਣ ਕੇ ਲੋਕ ਲੰਘਣ ਡੇ, ਜਿਹੜੇ ਜਾਣ ਵਾਲੇ ਸਨ ਨਾ ਬੰਦੇ, ਜਿਨ੍ਹਾਂ ਦੇ ਜਵਾਨ ਪੁੱਤ ਪੱਤ ਸਨ, ਉਹ ਜਨਾਬ ਮੇਰੀ ਗੰਢਾਂ ਲੈ ਲੈ ਲੰਘ ਤੇ, ਰੋਟੀ ਰਾਟੀ ਲੋਕ ਡਾਵੇ ਪਕਾਉਂਦੇ ਸੀ ਦਰਿਆ ਤੇ, ਆਹੋ ਖਾਧੀ ਨੀ ਕਿਸੇ ਕੋ, ਗਈ ਪਕਾ ਕੇ ਸੁੱਟ ਆਏ ਫਿਰ ਉੱਥੇ। ਅੱਛਾ, ਰੋਟੀ ਸਿੱਟ ਆਏ ਉੱਥੇ, ਖਾਧੀ ਕਿਉਂ ਨਹੀਂ ਗਈ, ਵਜ੍ਹਾ ਕੀ ਬਣੀ? ਵਜ੍ਹਾ ਤੈਨੂੰ ਦੱਸਣ ਤਾਂ ਲੱਗਾ, ਉਹ ਜਿਹੜੀ ਉਹ ਜਿੱਥੇ ਰਾਤ ਨੂੰ ਪਿਆ ਨਾ ਡਾਕਾ ਮਾਈ ਮਾਰੀ ਜੀ ਦੁਨੀਆ, ਜਿੱਥੇ ਮੇਰਾ ਚਾਚਾ ਮਰਿਆ ਚਾਚੀ ਮਰੀ ਉੱਥੇ, ਉਹ ਉੱਥੋਂ ਇੱਕ ਬੁੱਢੜੀ ਬਹੁਤ ਪੱਕੇ ਦੀ ਉਮਰ ਦੀ ਤੇ ਬਹੁਤ ਤਗੜੀ ਹਜੇ, ਉਹ ਰਾਤ ਹੀ ਆ ਗਈ ਸਾਡੇ ਕੋਲ। ਅੱਛਾ, ਉਹ ਪੱਤਣ ਤੇ ਉੱਥੋਂ ਦਰਿਆ ਉਸ ਤੋਂ ਸਾਡੇ ਪੱਤਣ ਤੇ ਆ ਗਈ, ਤੇ ਗੁੱਜੇ ਅਸੀਂ ਤਾਂ ਉਹ ਗੁੱਜੇ ਸਾਂ ਸਾਡੇ ਕੋਲ ਆਈ, ਬਸ ਉਹ ਪਹਿਲੇ ਰਸੇਰਾ ਹੋ ਗਈ ਤੇ ਦੋਵੇਂ ਭਰਾ ਸੀ ਵੀ ਤੇ ਇੱਕ ਸਾਡੀ ਭੈਣ ਹੋਰ ਪੰਜ ਅੱਜੀ। ਅੱਛਾ, ਰੱਸੇ ਦੇ ਨਾਲ ਫਿਰ ਇਹਨਾਂ ਇਹਨਾਂ ਸਾਡੇ ਪਾਣੀ ਆਉਂਦਾ, ਪਰ ਉਹ ਦੋ ਪੰਜ ਬੰਦੇ ਦੋ ਤਿੰਨ ਵਿੱਚ ਬੰਦੇ ਤਗੜੇ ਸਨ, ਉਹ ਫਿਰ ਅੱਲਾ ਨੇ ਪਾਰ ਲਾ ਦਿੱਤਾ। ਪਾਣੀ ਪਾਣੀ ਧੁੰਦਾ ਹੋਣਾ ਤੁਹਾਨੂੰ ਪਰਾਂ ਨੂੰ, ਇੱਕ ਪਾਣੀ ਗੱਜਦਾ ਸੀ ਉਸ ਪਾਣੀ 'ਚ ਲੈ ਕੇ ਨਿਆਣੇ ਛੋਟੇ ਲੰਘਣਾ, ਬੜੀ ਔਖੀ ਗੱਲ ਸੀ ਬਾਬਾ ਜੀ। ਇੱਕ ਗੱਲ ਔਖੀ ਸੀ ਬੜੀ ਬੜੀ, ਕਿਤੇ ਪੈਰ ਲੱਗਦੇ ਸੀ ਸਾਡੇ, ਕਿਤੇ ਲੱਗਦੇ ਨਹੀਂ, ਉਹਦੇ ਕੁਦਰਤ ਉਹ ਅਸਲ ਦਾ ਤੇ ਕੰਮ ਦੇ ਆ ਨਹੀਂ ਸਕਦੇ ਜੋ ਹਾਲਾਤ ਸੀ, ਅੱਲਾ ਹੀ ਲੈ ਆਇਆ ਤੁਹਾਨੂੰ ਨਹੀਂ ਸੀ, ਬੜੇ ਔਖੇ ਵੇਲਾ ਸੀ ਉਹ। ਅਗਲੇ ਬੰਦੇ ਇੱਕ ਬੰਦਾ ਲੰਘਿਆ, ਫੈਰ ਹੋਣ ਡਿਆ ਮੇਰੇ ਪਿੱਛੇ, ਇੱਕ ਬੰਦਾ ਲੰਘਿਆ ਵਾ ਉਦੋਂ ਵੀ ਤੇਰੀ ਕੋਵਿਡ ਦਾ ਆਦਾ, ਉਹ ਕੋਈ ਨਾ ਕੁਦ ਤੇਰੋ ਦਾ, ਇਹ ਮੁਸਲਮਾਨਾਂ ਦੀ ਮੀਟ ਦੀ ਆ, ਇਹ ਮੁਸਲਮਾਨਾਂ ਦੀ ਪੋਲਟੀ ਦੀ ਪਿਆਰ ਕਰ ਰਹੀ, ਉਹ ਅਜੇ ਉੱਥੇ ਕੁ ਹੋਇਆ ਤੇ ਇੱਕ ਬਾਬਾ ਮੁੰਡਾ ਜਵਾਨ ਏਦਾਂ ਦਾ, ਉਹਦੇ ਜਾ ਵੀਰਾ ਪਾ ਉਹਦੇ ਪੱਟ 'ਚ ਉਹਦੀ ਗੋਲੀ ਲੰਘੀ, ਦਰਿਆਓ ਪਾਰੋ ਆ ਕੇ ਉਹਦੇ ਪੱਟ 'ਚ ਉਹਦੀ ਗੋਲੀ ਲੰਘੀ ਸਾਡੇ ਲਾਗੇ, ਫਿਰ ਦੁਨੀਆ ਦੱਸੀ ਉੱਥੋਂ, ਫਿਰ ਦੱਸ ਗਏ ਬੜੀ ਦੁਨੀਆ ਲੰਘੀ ਸੀ, ਬੜਾ ਔਖੇ ਵੇਲੇ ਨਾ ਆਏ ਬੜਾ। ਇਸ ਪਿੰਡ 'ਚ ਕਿੱਦਾਂ ਆਏ, ਇਸ ਪਿੰਡ 'ਚ ਕਦੋਂ ਆਏ, ਕਿੰਨ ਉੱਥੇ ਗੱਡੀ 'ਚ ਬਹਿ ਗਏ, ਧੱਕੇ ਧੋੜੇ ਖਾਧੇ ਆ ਗਏ, ਧੱਕੇ ਧੋੜੇ ਖਾਂਦੇ। ਅੱਛਾ ਬਜ਼ੁਰਗੋ, ਕਦੀ ਆਪਣਾ ਬਖਸ਼ੀ ਵਾਲ ਪਿੰਡ ਯਾਦ ਆਇਆ, ਕਦੀ ਗਲੀਆਂ ਮਹੱਲੇ? ਅੱਖਾਂ ਗਾੜੀ ਆ। ਅੱਛਾ, ਉਹ ਤੁਹਾਡੇ ਅੱਖਾਂ ਕੇ ਘੁੰਮਦਾ ਪਿੰਡ, ਦਿਲ ਕਰਦਾ ਵੇਖਣ ਨੂੰ ਗਲੀਆਂ? ਕਰਦਾ, ਪਰ ਕੀ ਕਰ ਸਕਦੇ ਹੋ। ਅੱਛਾ, ਦਿਲ ਕਰਦਾ ਵੇਖਣ ਨੂੰ, ਉਹ ਜਿੱਥੇ ਬਾਪ ਜਿੱਥੇ ਬਚਪਨ ਗੁਜ਼ਾਰਿਆ, ਜਿੱਥੇ ਤਿਲੀਅਰ ਫੜਦੇ ਰਹੇ, ਉਹ ਗਲੀਆਂ ਕਿੱਥੇ ਭੁੱਲਦੀਆਂ, ਕਿਉਂ ਜੀ, ਉਹ ਗਲੀਆਂ ਤਾਂ ਯਾਦ ਆਉਂਦੀਆਂ ਨਾ, ਤਿਲੀਅਰ ਫੜ ਕੇ ਦਾ ਤੇ ਕੁੜਤੇ ਦੀ ਬਾਹ ਕੁੜਤੇ ਦਾ ਬੋਰੀ ਬੜਾ ਕੇ ਵਿੱਚ ਪਾ ਲੈਂਦਾ। ਅੱਛਾ, ਉਸੇ ਤਰ੍ਹਾਂ ਦੇਖਦੀ ਹਵੇਲੀ ਸੜਕ ਦੇ ਉੱਤੇ, ਉਸੇ ਤਰ੍ਹਾਂ ਇੱਕ ਵਾਰੇ ਧੇਕਾ ਦਾ ਬਗੀਚਾ ਸੀ, ਇੱਕ ਵਾਰੇ ਕੋਠੇ ਛੱਤੇ ਦੀ, ਇੱਕ ਅੱਗੇ ਡੇੜੀ ਦੀ, ਮੈਂ ਸਾਰਾ ਘੁੰਮਦਾ ਪਿਆ ਨਕਸ਼ਾ ਅੱਗੇ। ਬੋਰਡ ਬੜਾ ਤਗੜਾ ਸੀ, ਓਡਾ ਬੋਰਡ ਵੇਖਿਆ ਕਦੀ ਤੇ,
ਬੜੀ ਬੜੀ ਦੂਰ ਸੀ ਤਾਂ ਉਹਦੇ ਐਡੇ ਚੜ੍ਹੇ ਗਏ ਜੀ। ਇੱਥੇ ਉਹਦੇ ਜਿੱਥੋਂ ਫਿਵਰਿਆ ਸੀ ਉਹਦੇ 'ਚ ਮੱਝੀ ਚੜ੍ਹਦੀ ਜੀ। ਚਲੋ ਜੀ, ਬਹੁਤ ਸ਼ੁਕਰੀਆ। ਲਓ ਦੋਸਤੋ, ਅਸੀਂ ਕਹਾਣੀ ਸੁਣ ਰਹੇ ਸੀ ਬਾਬਾ ਜੀ ਮੁਹੰਮਦ ਯਕੂਬ ਦੇ ਕੋਲੋਂ ਵੰਡ ਦੀ। ਉਮੀਦ ਕਰਦੇ ਹਾਂ ਕਿ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ। ਫਿਰ ਮਿਲਾਂਗੇ ਇੱਕ ਨਵੀਂ ਕਹਾਣੀ ਦੇ ਨਾਲ, ਨਵੇਂ ਬਜ਼ੁਰਗਾਂ ਦੇ ਨਾਲ। ਦੁਆਵਾਂ 'ਚ ਯਾਦ ਰੱਖਿਓ ਜੀ, ਜਿਉਂਦੇ ਵਾਸਤੇ ਰਹੋ ਜੀ, ਰੱਬ ਰਾਖਾ ਜੀ।